ਜਿਹੜੀ ਗੱਲਬਾਤ ਉਹ ਮੈਂ ਕਰਨੀ ਹੈਗੀ ਤੁਹਾਡੇ ਨਾਲ ਇਸ ਗੱਲ ਦੇ ਵਿੱਚ ਅਸੀਂ ਗੱਲਬਾਤ ਕਰਦੀ ਹਾਂ ਘਰਾਂ ਬਾਰੇ ਅਤੇ ਲੋਨਸ ਦੇ ਬਾਰੇ, ਕਿਉਂਕਿ ਬਹੁਤ ਸਾਰੇ ਮੈਨੂੰ ਜਿਹੜੇ ਸਵਾਲ ਆ ਸਾਡੇ ਜਿਹੜੇ ਲੋਕ ਆ ਉਹ ਮੇਰੇ ਤੋਂ ਪੁੱਛਦੇ ਆ ਰੀਅਲ ਸਟੇਟ ਬਾਰੇ, ਕਿਉਂਕਿ ਹੁਣ ਅਸੀਂ ਆਪਣੇ ਅਸੀਂ ਬਣੇ ਬਣਾਏ ਘਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਅਸੀਂ ਛੱਡ ਆਏ ਹਾਂ, ਹੁਣ ਅਸੀਂ ਆਪਣੇ ਨਵੇਂ ਘਰ ਅਮਰੀਕਾ ਦੇ ਵਿੱਚ ਨਵੇਂ ਆਲਣੇ ਅਸੀਂ ਹੁਣ ਅਮਰੀਕਾ ਦੇ ਵਿੱਚ ਅਸੀਂ ਪਾ ਰਹੇ ਹੈਗੇ ਹਾਂ, ਕੈਲੀਫੋਰਨੀਆ ਦੇ ਵਿੱਚ ਅਸੀਂ ਪਾ ਰਹੇ ਹੈਗੇ ਹਾਂ, ਦੇਖੋ ਜੀ ਉਹ ਤਾਂ ਸਾਨੂੰ ਸਾਡੇ ਲਈ ਉਹ ਬੜੇ ਜ਼ਰੂਰੀ ਹੈਗੇ ਆ। ਤਾਂ ਬਾਕੀ ਮੈਂ ਦੱਸ ਦਵਾਂ ਇੱਕ ਵਾਰ ਫਿਰ ਗੁਰਦੀਪ ਸਿੰਘ ਸ਼ੇਰਗਿੱਲ ਦੇ ਵੱਲੋਂ ਸਾਡੇ ਸਾਰੇ ਹੀ ਪਰਿਵਾਰਾਂ ਨੂੰ, ਸਾਡੇ ਸਾਰੇ ਦੋਸਤਾਂ ਮਿੱਤਰਾਂ ਨੂੰ ਨਿੱਘੀ ਜੀ ਆਇਆਂ। ਡੈਫੀਨਟਲੀ ਲਾਈਕ ਐਂਡ ਸਬਸਕ੍ਰਾਈਬ ਟੂ ਅਵਰ ਯੂਟਿਊਬ ਚੈਨਲਸ ਗੁਰਦੀਪ ਸ਼ੇਰਗਿੱਲ ਐਂਡ ਸੋਨੀਆ ਸ਼ੇਰਗਿੱਲ। ਥੈਂਕ ਯੂ ਫੋਰ ਦ ਲਵ ਐਂਡ ਡੈਫੀਨਟਲੀ ਹਿੱਟ ਦੈਟ ਥੰਬਸ ਅਪ ਬਟਨ ਐਂਡ ਡੈਫੀਨਟਲੀ ਯੂ ਨੋ ਸਬਸਕ੍ਰਾਈਬ ਲਾਈਕ ਐਂਡ ਸਪੋਰਟ। ਲਵ ਯੂ ਗਾਇਸ। ਓਕੇ ਤਾਂ ਲਓ ਜੀ ਹੁਣ ਗੱਲ ਇੱਦਾਂ ਹੈ, ਇੱਕ ਬੜੀ ਖੁਸ਼ਖਬਰੀ ਆਈ ਹੈਗੀ ਆ ਫੋਰ ਮਾਈ ਗੁੱਡ ਪੀਪਲ ਆਊਟ ਦੇਅਰ। ਆਲਰਾਈਟ ਮਾਈ ਗੁੱਡ ਪੀਪਲ, ਯੂ ਰੈਡੀ ਫੋਰ ਸਮ ਗੁੱਡ ਨਿਊਜ਼? ਹੇਅਰ ਇਜ਼ ਅ ਗੁੱਡ ਨਿਊਜ਼ ਫੋਰ ਯੂ। ਅੱਜ ਜੋ ਫੈਡਰਲ ਸਰਕਾਰ, ਜਿਹੜੇ ਫੈਡਸ ਹੈਗੇ ਆ, ਉਹਨਾਂ ਨੇ ਕਿਹਾ, ਗੱਲ ਕਹੀ ਆ ਕਿ ਜਿਹੜੇ ਇੰਟਰਸਟ ਰੇਟ ਆ, ਜਿਹੜੇ ਵਿਆਜ ਆ, ਜਦੋਂ ਅਸੀਂ ਘਰਾਂ ਦੇ ਲੋਨ ਅਪਲਾਈ ਕਰਦੇ ਹਾਂ, ਉਹ ਜਿਹੜੇ ਵਿਆਜ ਆ ਉਹਨਾਂ ਨੇ ਘੱਟ ਰੱਖਣੇ ਆ, ਕਿਉਂਕਿ ਆਪਾਂ ਪਿਛਲੇ ਸਮੇਂ 'ਚ ਦੇਖਿਆ ਕਿ ਜਿਹੜੇ ਵਿਆਜ ਆ ਥੋੜ੍ਹੇ ਜਿਹਾ ਵਧਣੇ ਸ਼ੁਰੂ ਹੋ ਗਏ ਸੀ ਨਾ। ਤਾਂ ਅੱਜ ਜਿਹੜੀ ਅੱਜ ਬੜੀ ਪੋਜ਼ਿਟਿਵ ਖਬਰ ਆਈ ਆ ਉਹ ਆਹ ਆਈ ਹੈਗੀ ਆ ਕਿ ਜਿਹੜੇ ਵਿਆਜ ਆ ਉਹਨੇ ਘੱਟ ਤੋਂ ਘੱਟ ਰੱਖਣੇ ਆ। ਸੋ ਮੈਂ ਆਹ ਖੁਸ਼ੀ ਨਾਲ ਗੱਲ ਤੁਹਾਨੂੰ ਸ਼ੇਅਰ ਕਰਨੀ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਾਂ ਜਦੋਂ ਆਪਾਂ ਘਰ ਖਰੀਦਦੇ ਹਾਂ, ਜਿਹੜੇ ਵਿਆਜ ਤੁਹਾਨੂੰ ਪੈਣੇ ਆ, ਜਿਹੜਾ ਤੁਹਾਨੂੰ ਇੰਟਰਸਟ ਪੈਣਾ, ਉਹ ਘੱਟ ਹੀ ਪਊਗਾ। ਤਾਂ ਬਾਕੀ ਉਹਦੇ ਨਾਲੋਂ ਨਾਲ ਇੱਕ ਗੱਲ ਹੋਰ ਹੋ ਰਹੀ ਆ ਕਿ ਘਰਾਂ ਦੀਆਂ ਪ੍ਰਾਈਸਾਂ ਉੱਤੇ ਨੂੰ ਜਾਈ ਜਾ ਰਹੀਆਂ। ਬੜੀ ਇੰਟਰਸਟਿੰਗ ਚੀਜ਼ ਹੋ ਰਹੀ ਆ, ਕਿਉਂਕਿ ਮੈਂ ਖੁਦ ਆਲਮੋਸਟ 4 ਐਸਕਰੋਸ ਓਪਨ ਕੀਤੀਆਂ ਇਨ ਦਾ ਲਾਸਟ ਕਪਲ ਆਫ ਡੇਜ਼। ਓਕੇ ਤਾਂ ਮੈਨੂੰ ਪਤਾ ਕਿ ਕਿੰਨੀ ਸਟਰਗਲ ਹੋ ਰਹੀ ਆ, ਕਿੰਨਾ ਹਾਰਡ ਆਫਰ ਐਕਸੈਪਟ ਕਰਨਾ, ਕਿੰਨਾ ਔਖਾ ਕੰਮ ਹੋਇਆ ਪਿਆ। ਇਸ ਵੇਲੇ ਕਈ ਘਰਾਂ ਦੇ ਉੱਤੇ 5,000, 10,000, 15,000, 20,000, 30,000 ਓਵਰ ਐਸਕਿੰਗ। ਇੱਕ ਮੈਨੂੰ ਪਤਾ ਲੱਗਾ, ਮੇਰੇ ਰੀਅਲਟਰ ਮੇਰੇ ਦੋਸਤ ਦੀ ਮੈਨੂੰ ਕਾਲ ਆਈ, ਉਹ ਕਹਿੰਦਾ ਵੀ ਗੁਰਦੀਪ ਭਾਅ ਜੀ ਮੈਨੂੰ $40,000 ਮੈਂ ਓਵਰ ਐਸਕਿੰਗ ਔਫਰ ਪਾਈ ਆ, ਤਾਂ ਕਰਕੇ ਮੇਰੀ ਜਿਹੜੀ ਔਫਰ ਆ ਉਹ ਐਕਸੈਪਟ ਹੋਣੀ ਹੈਗੀ ਆ। ਸੋ ਇੰਨੀ ਜਿਹੜੀ ਮਾਰਕੀਟ ਆ ਕੈਲੀਫੋਰਨੀਆ ਦੀ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਮੈਂ ਖੁਦ ਰੀਅਲਟਰ ਹੈਗਾ, ਮੈਂ ਲਾਇਸੈਂਸ ਰੀਅਲਟਰ ਹੈਗਾ, DI ਨੰਬਰ 01739। ਤਾਂ ਤੁਹਾਡੀਆਂ ਸਾਰੀਆਂ ਰੀਅਲ ਸਟੇਟ ਦੀਆਂ ਜ਼ਰੂਰਤਾਂ ਲਈ ਮੈਂ ਤੁਹਾਡਾ ਆਂਸਰ ਕਰ ਸਕਦਾ, ਬਿਕੋਜ਼ ਆਮ ਲਾਇਸੈਂਸ, ਯੂ ਕੈਨ ਕਾਲ ਮੀ ਐਨੀ ਟਾਈਮ। ਮੇਰਾ ਨੰਬਰ ਆ 5983491489, ਤੁਹਾਡਾ ਰੀਅਲਟਰ ਗੁਰਦੀਪ ਸ਼ੇਰਗਿੱਲ 5593491481। ਬਾਇੰਗ ਔਰ ਸੈਲਿੰਗ ਹੋਮਸ ਇਨ ਕੈਲੀਫੋਰਨੀਆ। ਬਾਕੀ ਲੋਨ ਲੈਣ ਵਿੱਚ ਮੇਰੇ ਮਲਟੀਪਲ ਲੋਨ ਆਫਿਸਰਸ ਹੈਗੇ ਆ, ਮੇਰੇ ਦੋਸਤ ਹੈਗੇ ਆ, ਮਲਟੀਪਲ ਬੈਂਕਾਂ ਨਾਲ ਕੰਮ ਕਰਦੇ ਆ, ਦੇ ਕੈਨ ਹੈਲਪ ਯੂ ਗੈਟ ਅ ਲੋਨ। ਤਾਂ ਉਹਦੇ ਬਾਰੇ ਵੀ ਮੈਂ ਥੋੜ੍ਹੀ ਬਹੁਤੀ ਜੋ ਗੱਲਬਾਤ ਹੈ ਤੁਹਾਡਾ ਮੈਂ ਜ਼ਰੂਰ ਕਰੂੰਗਾ ਵਿਦ ਐਗਜ਼ੋ ਰਿਅਲਟੀ ਕੰਸਲਟੈਂਟ ਨਾਲ ਮੈਂ ਕੰਮ ਕਰਦਾ। ਸੋ ਤੁਹਾਡਾ ਥੈਂਕ ਯੂ ਇੰਨੇ ਪਿਆਰ ਲਈ, ਇੰਨੇ ਸਤਿਕਾਰ ਦੇ ਲਈ। ਤਾਂ ਬਾਕੀ ਡੂ ਚੈੱਕ ਆਊਟ ਗੁਰਦੀਪ ਸ਼ੇਰਗਿੱਲ .com। ਸੋ ਬਾਕੀ ਮਾਰਕੀਟ ਬਹੁਤ ਹਾਟ ਆ, ਤਾਂ ਬਾਕੀ ਉਹਦਾ ਰੀਜ਼ਨ ਆ ਹੈਗਾ ਕਿ ਜਿਹੜੀ ਘਰਾਂ ਦੀ ਜਿਹੜੀ ਇਨਵੈਂਟੋਰੀ ਆ ਉਹ ਬਹੁਤ ਘਟੀ ਹੋਈ ਆ। ਓਕੇ, ਸੋ ਇਸ ਵੇਲੇ ਜਿਹੜੇ ਰੈਂਟ ਆ ਕੈਲੀਫੋਰਨੀਆ ਦੀ, ਸਪੈਸੀਫਿਕਲੀ ਮੈਂ ਕੈਲੀਫੋਰਨੀਆ ਦੀ ਗੱਲ ਕਰਨੀ ਆ, ਜਿਹੜੇ ਸਾਡੀ ਰੈਂਟਲ ਮਾਰਕੀਟ ਆ ਉਹ ਦਿਨ ਪਰ ਦਿਨ ਉੱਤੇ ਨੂੰ ਜਾ ਰਹੀ ਆ, ਲਾਈਕ ਦਿਨ ਪਰ ਦਿਨ ਜਿਹੜੇ ਰੈਂਟ ਆ ਉਹ ਵੱਧ ਰਹੇ ਆ। ਸੋ ਬਾਕੀ ਜਿਹੜੇ ਘਰਾਂ ਦੀ ਇਨਵੈਂਟੋਰੀ ਆ ਉਹ ਬਹੁਤ ਘਟੀ ਹੋਈ ਆ, ਤਾਂ ਜਿਹੜੇ ਬਾਇਰਸ ਆ ਬਹੁਤ ਜ਼ਿਆਦਾ ਆ, ਜਿਹੜੇ ਸੈਲਰਸ ਆ ਉਹ ਬਹੁਤ ਘੱਟ ਆ। ਬਾਕੀ ਮੈਂ ਤੁਹਾਨੂੰ ਬੇਨਤੀ ਕਰੂੰਗਾ, ਅਗਰ ਤੁਹਾਡੇ ਕੋਲ ਘਰ ਲਿਸਟਿੰਗ ਦੇ ਕੋਈ ਤੁਹਾਨੂੰ ਇਨਵੈਸਟਮੈਂਟ ਵੇਚਣੀ ਜਾਂ ਕੋਈ ਘਰ ਤੋਂ ਕੋਈ ਐਕਸਟਰਾ ਹੈਗਾ ਤੁਸੀਂ ਵੇਚਣਾ ਚਾਹੁੰਦੇ ਆ, ਡੈਫੀਨਟਲੀ ਦਿਸ ਇਜ਼ ਦਾ ਟਾਈਮ ਆਪਣੇ ਘਰ ਨੂੰ ਲਿਸਟ ਕਰੋ। ਤਾਂ ਬਾਕੀ ਉਹਦੀ ਲਿਸਟਿੰਗ ਲਈ, ਉਹਦੀ ਸਾਰੀ ਡਾਟਾ ਕਢਾਉਣ ਦੇ ਲਈ, ਉਹਦੀ ਗੱਲਬਾਤ ਕਰਨ ਲਈ ਆਪਣੇ ਰੀਅਲਟਰ ਸ਼ੇਰਗਿੱਲ ਨੂੰ ਕਰ ਦਿਓ ਕਾਲ, ਗੁਰਦੀਪ ਸ਼ੇਰਗਿੱਲ ਨੂੰ 5593491481 ਵਿਦ ਐਗਜ਼ੋ ਰਿਅਲਟੀ ਕੰਸਲਟੈਂਟ, DI ਨੰਬਰ 01739 01887739। ਸੋ ਤੁਸੀਂ ਸਰਪ੍ਰਾਈਜ਼ ਨਾ ਹੋਇਓ ਅਗਰ ਤੁਸੀਂ ਔਫਰਾਂ ਪਾ ਰਹੇ ਆ, ਤੁਹਾਡੀ ਔਫਰ ਨਹੀਂ ਐਕਸੈਪਟ ਹੋ ਰਹੀ। ਉਹ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਇੱਕ ਘਰ ਦੇ ਉੱਤੇ ਯੂ ਨੋ 5-5, 10-10, ਇੱਕ ਸਾਨੂੰ ਅਸੀਂ ਘਰ ਖਰੀਦਿਆ ਮੇਰੇ ਕਲਾਇੰਟ ਨੇ, ਉਸ ਘਰ ਦੇ ਉੱਤੇ 30 ਔਫਰਾਂ ਸੀ। ਸੋ 31ਵੀਂ ਔਫਰ ਆਲਮੋਸਟ ਸਾਡੀ ਸੀ, ਤਾਂ ਸਾਡੀ ਔਫਰ ਉਹ ਐਕਸੈਪਟ ਹੋ ਗਈ, ਅਸੀਂ ਉਹ ਘਰ ਮੈਂ ਕਲੋਜ਼ ਵੀ ਕਰਤਾ ਹੈਗਾ, 1-2 ਵੀਕ ਹੋ ਗਏ ਆ। ਪਰ ਦਾ ਥਿੰਗ ਇਜ਼ ਇਟਸ ਲਾਈਕ ਸੁਪਰ ਹਾਟ ਮਾਰਕੀਟ। ਸੋ ਬਾਕੀ ਹਾਂ, ਅਗਰ ਤੁਸੀਂ ਹੁਣ ਘਰ ਖਰੀਦਣਾ ਇਸ ਮਾਰਕੀਟ ਦੇ ਵਿੱਚ, ਤਾਂ ਤੁਹਾਡੇ ਕੋਲ ਜਿਗਰਾ ਬੜਾ ਵੱਡਾ ਚਾਹੀਦਾ। ਇੱਦਾਂ ਨੇ ਕਿ ਸਾਨੂੰ ਇੱਥੋਂ ਡਿਸਕਾਊਂਟ ਮਿਲ ਜਾਵੇ, ਸਾਨੂੰ ਇੱਥੋਂ ਕੀ ਮਿਲੂਗਾ, ਆਹ ਕੀ ਮਿਲੂਗਾ, ਉਹ ਸਾਰੀਆਂ ਹੁਣ ਹਿਸਟਰੀ ਹੋ ਗਈ, ਉਹ ਚੀਜ਼ਾਂ ਹੁਣ ਨਹੀਂ ਹੈਗੀਆਂ। ਹੁਣ ਹੈਗਾ ਵੀ ਸਾਨੂੰ ਘਰ ਦੀ ਚਾਬੀ ਮਿਲ ਜਾਵੇ, ਪਹਿਲੀ ਗੱਲ ਕਿ ਸਾਡੀ ਔਫਰ ਹੀ ਐਕਸੈਪਟ ਹੋ ਜਾਵੇ, ਇੰਨਾ ਹੀ ਬਹੁਤ ਆ। ਉਹਦੇ ਲਈ ਬੜਾ ਜ਼ਰੂਰੀ ਆ ਕਿ ਲੋਨ, ਤੁਹਾਡਾ ਲੋਨ ਦਾ ਪ੍ਰੀ ਅਪਰੂਵ ਹੋਣਾ ਬੜਾ ਜ਼ਰੂਰੀ ਆ, ਕਿਉਂਕਿ ਅਗਰ ਤੁਹਾਡੇ ਕੋਲ ਲੋਨ ਪ੍ਰੀ ਅਪਰੂਵਲ ਨਹੀਂ, ਤਾਂ ਫਿਰ ਤਾਂ ਤੁਸੀਂ ਆਪਣਾ ਵੀ ਟਾਈਮ ਵੇਸਟ ਕਰ ਰਹੇ ਹਾਂ, ਤੁਸੀਂ ਆਪਣੇ ਰੀਅਲਟਰ ਦਾ ਟਾਈਮ ਵੀ ਵੇਸਟ ਕਰ ਰਹੇ ਹਾਂ, ਕਿਉਂਕਿ ਅਗਰ ਤੁਹਾਡੇ ਕੋਲ ਲੋਨ ਅਪਰੂਵਲ ਪ੍ਰੀ ਅਪਰੂਵਲ ਹੀ ਨਹੀਂ ਹੈਗਾ, ਤਾਂ ਤੁਹਾਡੀ ਉਹਨਾਂ ਨੇ ਜਿਹੜੀ ਪਹਿਲੀ ਗੱਲ ਔਫਰ ਆ ਰੀਅਲਟਰ ਨੇ ਲਿਖਣੀ ਨਹੀਂ ਜਾਂ ਲਿਖ ਵੀ ਦਿੱਤੀ, ਤਾਂ ਜਿਹੜਾ ਅੱਗੇ ਉਹ ਬੰਦੇ ਬੈਠੇ ਜਿਹਨਾਂ ਨੇ ਘਰ ਵੇਚਣਾ ਆ, ਉਹਨੇ ਤੁਹਾਡੀ ਔਫਰ ਵੱਲ ਦੇਖਣਾ ਵੀ ਨਹੀਂ ਹੈਗਾ, ਕਿਉਂਕਿ ਉਹਨੇ ਵੱਡਾ ਸਾਰਾ ਕਰਕੇ ਲਿਖ ਕੇ ਦਿੰਦਾ ਕਿ ਪ੍ਰੀ ਅਪਰੂਵਲ ਤਾਂ ਪਰੂਫ ਆਫ ਫੰਡਸ ਜ਼ਰੂਰ ਨਾਲ ਭੇਜੋ। ਸੋ ਉਹਦੇ ਲਈ ਬੜਾ ਜ਼ਰੂਰੀ ਆ ਤੁਹਾਨੂੰ ਆਪਣੇ ਲੋਨ, ਅਗਰ ਤੁਸੀਂ ਲੋਨ
ਯੂ نو ਲੋਨ ਅਪਲਾਈ ਕਰਦਾ ਪਹਿਲੀ ਗੱਲ ਆ ਨੰਬਰ 1 ਆਪਣਾ ਕ੍ਰੈਡਿਟ ਜਿਹੜਾ ਹੈਗਾ ਉਹਨੂੰ ਵਧੀਆ ਰੱਖੋ ਜਿਹੜਾ ਕ੍ਰੈਡਿਟ ਆ ਤੁਹਾਡਾ ਕ੍ਰੈਡਿਟ ਇਜ਼ ਕਿੰਗ ਅਮਰੀਕਾ ਦੇ ਵਿੱਚ ਕ੍ਰੈਡਿਟ ਦੇ ਸੈਲ ਤੁਸੀਂ ਜੋ ਕੁਝ ਮਰਜ਼ੀ ਲੈ ਸਕਦੇ ਆ ਆਪਣਾ ਕ੍ਰੈਡਿਟ ਵਧੀਆ ਰੱਖੋ ਟਾਈਮ ਸਰ ਆਪਣੀਆਂ ਪੇਮੈਂਟਾਂ ਯੂ نو ਜਿਹੜੀਆਂ ਵੀ ਤੁਹਾਡੇ ਕ੍ਰੈਡਿਟ ਕਾਰਡ ਦੀਆਂ ਪੇਮੈਂਟਾਂ ਕਾਰ ਦੀ ਪੇਮੈਂਟ ਜੋ ਵੀ ਪੇਮੈਂਟ ਆ ਟਾਈਮ ਸਰ ਦਿਓ ਆਪਣਾ ਫਾਲੋ ਅਪ ਕਰੋ ਕਈ ਵਾਰ ਪੰਜ ਡਾਲਰ ਪਿੱਛੇ ਲੋਕਾਂ ਦੇ ਦਸ ਵੀਹ ਸਕੋਰ ਥੱਲੇ ਡਿੱਪ ਜਾਂਦੇ ਆ ਡਿੱਗ ਜਾਂਦੇ ਆ ਕਿਉਂਕਿ ਉਹ ਬਿਜ਼ੀ ਹੋ ਜਾਂਦੇ ਆ ਪੇ ਟੈਂਸ਼ਨ ਨਹੀਂ ਕਰਦੇ ਨੰਬਰ 2 ਬਹੁਤ ਜ਼ਰੂਰੀ ਆ ਇਨਕਮ ਸ਼ੋਅ ਕਰਨੀ ਕਈ ਵਾਰ ਇੱਦਾਂ ਹੁੰਦਾ ਸਾਡੇ ਕਈ ਲੋਕ ਟੈਕਸ ਨਹੀਂ ਭਰਦੇ ਪਤਾ ਨਹੀਂ ਕਦ ਨਹੀਂ ਭਰਦੇ ਮੈਂ ਕਿਹਾ ਵੀ ਤੁਸੀਂ ਟੈਕਸ ਤਾਂ ਭਰਦੇ ਨਹੀਂ ਫਿਰ ਘਰ ਤੁਹਾਨੂੰ ਕਿੱਦਾਂ ਮਿਲ ਜੂਗਾ ਸੋ ਅਗਰ ਤੁਸੀਂ ਘਰ ਖਰੀਦਣਾ ਚਾਹੁੰਦੇ ਆ ਤਾਂ ਮੇਕ ਸ਼ੋਰ ਕਿ ਤੁਹਾਡੀ ਜਿਹੜੀ ਇਨਕਮ ਆ ਉਹ ਸਪੋਰਟ ਕਰੇ ਕਿ ਤੁਸੀਂ ਘਰ ਅਫੋਰਡ ਕਰ ਸਕਦੇ ਆ ਤਾਂ ਬਾਕੀ ਤੁਸੀਂ ਬੇਸ਼ੱਕ 1 ਕਰੋੜ ਡਾਲਰ ਕਮਾਉਂਦੇ ਆ ਸਾਲ ਦਾ ਅਗਰ ਤੁਸੀਂ ਉਹ ਬਲੈਕ ਐਂਡ ਵਾਈਟ ਤੁਹਾਡੇ ਟੈਕਸ 'ਤੇ ਨਹੀਂ ਨਾ ਬੈਂਕਸ ਡੋਂਟ ਕੇਅਰ ਬੈਂਕਾਂ ਨੂੰ ਤਾਂ ਪੇਪਰ ਚਾਹੀਦੇ ਆ ਉਹਨਾਂ ਨੂੰ ਬਲੈਕ ਐਂਡ ਵਾਈਟ ਪੇਪਰ ਇੰਕ ਚਾਹੀਦੀ ਆ ਦੇਖ ਉਹ ਪੇਪਰ ਦੇਖਦੇ ਆ ਕਿ ਪੇਪਰ 'ਤੇ ਕੀ ਆ ਬੇਸ਼ੱਕ ਤੁਸੀਂ ਕਰੋੜਾਂ ਕਮਾਓ ਅਗਰ ਪੇਪਰ 'ਤੇ ਨਹੀਂ ਤਾਂ ਫਿਰ ਉਹ ਜ਼ੀਰੋ ਹੀ ਆ ਓਕੇ ਸੋ ਆਪਣਾ ਜਿਹੜਾ ਪ੍ਰੋਪਰ ਟੈਕਸ ਆ ਉਹ ਜ਼ਰੂਰ ਤੁਸੀਂ ਪਲੀਜ਼ ਭਰਿਆ ਕਰੋ ਕਿਉਂਕਿ ਮੈਂ ਪਿਛਲੀ ਵਾਰ ਵੀ ਵੀਡੀਓ ਬਣਾਈ ਸੀ ਮੈਂ ਰੈਕਮੈਂਡ ਕਰੂੰਗਾ ਕਿ 45% ਫੋਰ ਐਗਜ਼ਾਮਪਲ ਮੈਂ ਸੌਖਾ ਜਿਹਾ ਤਰੀਕਾ ਦੱਸਿਆ ਅਗਰ $1,000 ਤੁਸੀਂ ਕਮਾਉਂਦੇ ਆ ਤੁਹਾਡੀ ਜਿਹੜੀ ਪੇਮੈਂਟ ਹੈ ਸਿਰਫ $450 ਹੋਣੀ ਚਾਹੀਦੀ ਹੈ ਯੂ ਕੈਨ ਡੈਫੀਨਟਲੀ ਗੋ ਅਪ ਟੂ ਬਟ 470 ਪਰ ਯੂ ਨੋ ਅਗਰ $1,000 ਦੇ ਪਿੱਛੇ ਅਗਰ ਤੁਸੀਂ $1,000 ਕਮਾਉਂਦੇ ਆ ਤੁਹਾਡੀ ਜਿਹੜੀ ਪੇਮੈਂਟ ਹੈ $450 ਟੱਪਣੀ ਨਹੀਂ ਚਾਹੀਦੀ ਓਕੇ ਬਾਕੀ ਫਿਰ ਉਹਨੇ ਵਿੱਚੋਂ ਤੁਹਾਡੀਆਂ ਕਾਰਡ ਦੀਆਂ ਪੇਮੈਂਟਾਂ ਵਿੱਚ ਉਹਦੇ ਦੇਖਣੀਆਂ ਕ੍ਰੈਡਿਟ ਕਾਰਡ ਦੀਆਂ ਪੇਮੈਂਟਾਂ ਸਾਰਾ ਕੁਛ ਓਕੇ ਸੋ ਮੇਕ ਸ਼ੋਰ ਆਪਣਾ ਜਿਹੜਾ ਟੈਕਸ ਆ ਆਪਣੀ ਜਿਹੜੀ ਇਨਕਮ ਆ ਉਹ ਪ੍ਰੋਪਰਲੀ ਬਹੁਤ ਜ਼ਰੂਰੀ ਆ ਤੁਹਾਡੇ ਲਈ ਐਂਡ ਬਾਕੀ ਤੁਹਾਡੇ ਜਿੱਥੋਂ ਵੀ ਤੁਸੀਂ ਡਾਊਨ ਪੇਮੈਂਟ ਦੇਣੀ ਆ ਉਹ ਤੁਹਾਡੀ ਬੈਂਕ ਦੇ ਵਿੱਚ ਪਈ ਹੋਣੀ ਚਾਹੀਦੀ ਹੈ ਇੱਦਾਂ ਨਹੀਂ ਕਿ ਤੁਸੀਂ ਅਗਰ ਤੁਹਾਡੇ ਕੋਲ ਕੈਸ਼ ਪਿਆ ਘਰ ਤੁਸੀਂ ਚੱਕ ਕੇ ਸਾਰੇ ਕੈਸ਼ ਇੱਕਦਮ ਬੈਂਕ 'ਚ ਰੱਖ ਦਿਉ ਉਹ ਬੈਂਕ ਨੇ ਕਾਊਂਟ ਨਹੀਂ ਕਰਦਾ ਹੈਗਾ ਉਹਨੇ ਕਿਹੜਾ ਕੈਸ਼ ਕਿੱਥੋਂ ਆਇਆ ਓਕੇ ਸੋ ਮੇਕ ਸ਼ੋਰ ਯੂਅਰ ਪ੍ਰੋਪਰਲੀ ਪੁਟਿੰਗ ਯੋਰ ਆਪਣੀ ਬੈਂਕ ਦੇ ਵਿੱਚ ਜਿਹੜੇ ਆਪਣੀ ਸੇਵਿੰਗ ਆ ਤੁਸੀਂ ਉਹ ਕਰ ਰਹੇ ਆ ਕਿਉਂਕਿ ਆਹ 3-4 ਚੀਜ਼ਾਂ ਬੜੀਆਂ ਜ਼ਰੂਰੀ ਆ ਗੁੱਡ ਕ੍ਰੈਡਿਟ ਗੁੱਡ ਇਨਕਮ ਤਾਂ ਡਾਊਨ ਪੇਮੈਂਟ ਜਿਹੜੀ ਤੁਸੀਂ ਡਾਊਨ ਪੇਮੈਂਟ ਦੇਣੀ ਆ ਰਾਈਟ ਤਾਂ ਫਿਰ ਡੈਫੀਨਟਲੀ ਯੂ ਨੋ ਫਿਰ ਘਰ ਦੀ ਜੋ ਸਰਚਾ ਤੁਸੀਂ ਸ਼ੁਰੂ ਕਰ ਸਕਦੇ ਆ ਸੋ ਉਮੀਦ ਕਰਦਾ ਕਿ ਆਹ ਜਿਹੜੀ ਇਨਫੋਰਮੇਸ਼ਨ ਹੈ ਥੋੜ੍ਹੀ ਜਿਹੀ ਇਨ ਅ ਨਟਸ਼ੈਲ ਤੁਹਾਨੂੰ ਮੈਂ ਸ਼ੇਅਰ ਕੀਤੀ ਆ ਹੋਪਫੁਲੀ ਹੈਲਪ ਹੋਈ ਹੋਊਗੀ ਤਾਂ ਹੈਲਪ ਹੋਈ ਆ ਡੈਫੀਨਟਲੀ ਯੂ ਨੋ ਸਾਡੀ ਤੁਸੀਂ ਸਪੋਰਟ ਕਰ ਸਕਦੇ ਆ ਬਾਏ ਲਾਈਕਿੰਗ ਐਂਡ ਸਬਸਕ੍ਰਾਈਬਿੰਗ ਟੂ ਅਵਰ ਯੂਟਿਊਬ ਚੈਨਲਸ ਤਾਂ ਬਾਕੀ ਆਈਕਨ ਜਿਹੜਾ ਬੈਲ ਹੈ ਉਹ ਵੀ ਕਲਿੱਕ ਕਰ ਦਿਓ ਤੱਲੀ ਖੜਕਾ ਦਿਓ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਤੁਹਾਨੂੰ ਪਤਾ ਲੱਗ ਜੂ ਗੁਰਦੀਪ ਸ਼ਰਗਲ ਦੀ ਹੋਰ ਵੀਡੀਓ ਅਪਲੋਡ ਹੋ ਗਈ ਆ ਸੋ ਤੁਹਾਡੇ ਪਿਆਰ ਲਈ ਤੁਹਾਡੇ ਸਤਿਕਾਰ ਲਈ ਬਹੁਤ ਬਹੁਤ ਧੰਨਵਾਦ ਆ ਜਾਓ ਰਲ ਕੇ ਆਪਣੇ ਸਮਾਜ ਨੂੰ ਆਪਾਂ ਵਧੀਆ ਬਣਾਈਏ ਤਾਂ ਰਲ ਕੇ ਅਸੀਂ ਇੱਕ ਦੂਜੇ ਦੀ ਜੋ ਹੈਲਪ ਕਰੀਏ ਹੁਣ ਗੁਰਦੀਪ ਸਿੰਘ ਸ਼ਰਗਲ ਨੂੰ ਆਗਿਆ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਗੁਰਦੀਪ ਸਿੰਘ ਸ਼ਰਗਲ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਹੱਥ ਜੋੜ ਕੇ ਐਂਡ ਡੂ ਚੈੱਕ gurdeepshergill.com ਐਂਡ ਵਾਂਸ ਅਗੇਨ ਡੈਫੀਨਟਲੀ ਲਾਈਕ ਐਂਡ ਸਬਸਕ੍ਰਾਈਬ ਟੂ ਅਵਰ ਯੂਟਿਊਬ ਚੈਨਲ ਗੁਰਦੀਪ ਸ਼ਰਗਲ ਐਂਡ ਸੋਨੀਆ ਸ਼ਰਗਲ ਲਵ ਯੂ ਗਾਈਜ਼ ਪੀਸ ਆਊਟ ਓਕੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ